ਅਲੈਕੁਮ ਰਹਿਮਤੁਲਾ ਬਰਕਾਤੁ ਜੀ, ਤੁਹਾਨੂੰ ਅਦਰ ਕਿਵੇਂ ਉਮੀਦ ਕਰਨਾ ਕਿ ਤੁਸੀਂ ਸਾਰੇ ਖੈਰ ਖਰੀਅਤ ਨਾਲ ਹੋਵੋਗੇ। ਮੈਂ ਮੁਜ਼ੰਮਲ ਹਸੈਨ, ਜਿਵੇਂ ਕਿ ਤੁਸੀਂ ਦੇਖਦੇ ਪਏ ਯੂਟਿਊਬ ਚੈਨਲ ਮੁਨਸ਼ੀ ਮੁਜ਼ੰਮਲ ਹਸੈਨ ਤੋਂ। ਮਾਸ਼ਾਅੱਲਾ ਅੱਜ ਦਾ ਵਲੋਗ ਸਟਾਰਟ ਕਰਦੇ ਪਏ ਹਾਂ। ਦਿਨ ਦੇ 10:30 ਦਾ ਟਾਈਮ ਹੈ ਅਤੇ ਪਿੱਛੇ ਰਸਤੇ 'ਤੇ ਤੁਹਾਨੂੰ ਵੀਡੀਓ ਵਿਖਾਈ ਸੀ। ਹੁਣ ਅਸੀਂ ਆਏ ਖੜੇ ਹਾਂ ਹੋਸਪਿਟਲ, ਸਾਡੇ ਨਾ ਸ਼ਹਿਰ ਦਾ ਸਰਕਾਰੀ ਹੋਸਪਿਟਲ, ਇੱਥੇ ਆਏ ਖੜੇ। ਇੱਥੇ ਕੀ ਲੈਣ ਆਏ ਹਾਂ? ਇੱਥੇ ਨਾ ਮੇਰਾ ਜਿਹੜਾ ਦਾਦਾ ਹੈ ਨਾ, ਉਹਦਾ ਨਾ ਮਸਲਾ ਸੀ ਪਿਸ਼ਾਬ ਦਾ, ਪਿਸ਼ਾਬ ਰੁਕ ਜਾਂਦਾ ਸੀ। ਇਹਦੀ ਵਜ੍ਹਾ ਤੋਂ ਕਾਫੀ ਸਾਨੂੰ ਟਾਈਮ ਹੋ ਗਿਆ, ਦਵਾਈਆਂ ਸ਼ਵਾਈਆਂ ਲੈਂਦੇ ਨੇ, ਨਾਲੀ ਵਗੈਰਾ ਲੱਗੀ ਸੀ। ਅੱਜ ਉਹਦੀ ਇੱਕ ਨਾਲੀ ਕਢਵਾਵਾਂਗੇ ਔਰ ਦੂਸਰਾ ਉਹਦਾ ਅਲਟਰਾਸਾਊਂਡ ਵਗੈਰਾ ਕਰਾਵਾਂਗੇ। ਹੁਣ ਫਿਲਹਾਲ ਡ੍ਰਿਪ ਲੱਗੀ ਹੈ, ਡ੍ਰਿਪ ਲਗਵਾ ਕੇ ਅਤੇ ਮੈਂ ਨਿਕਲ ਆਇਆ ਬਾਹਰ। ਮੈਂ ਕਿਹਾ ਜਿੰਨੀ ਦੇਰ ਤੱਕ ਡ੍ਰਿਪ ਲੱਗਦੀ ਨਾ, ਤੁਸੀਂ ਪਿੱਛੇ ਵੇਖਣ, ਅਰਸਲਾਨ ਹੈ ਮੇਰੇ ਨਾਲ, ਦਾਦਾ ਮੇਰਾ, ਤੇ ਅਸੀਂ 3 ਜਣੇ ਹਾਂ। ਦਾਦੇ ਨੂੰ ਡ੍ਰਿਪ ਲੱਗੀ ਹੋਈ ਹੈ, ਅਰਸਲਾਨ ਬੈਠਾ ਉਹਦੇ ਕੋਲ। ਮੈਂ ਕਿਹਾ ਤੂੰ ਬਹਿ ਅਤੇ ਮੇਰੇ ਕੋਈ ਸ਼ਹਿਰ ਦੇ ਜ਼ਰੂਰੀ ਜ਼ਰੂਰੀ ਕੰਮ ਨੇ, ਮੈਂ ਉਹ ਕਲੀਅਰ ਕਰਾਂ। ਮੈਂ ਉਸ ਤੋਂ ਬਾਅਦ ਫਿਰ ਆ ਕੇ ਦੁਬਾਰਾ ਅਲਟਰਾਸਾਊਂਡ ਕਰਵਾਉਣਾ। ਡਾਕਟਰ ਸਾਹਿਬ ਨੇ ਕਿਹਾ ਇੱਕ ਦਫ਼ਾ ਪਿਸ਼ਾਬ ਰੁਕੇਗਾ ਅਤੇ ਫਿਰ ਅਲਟਰਾਸਾਊਂਡ ਹੋਏਗਾ। ਅਤੇ ਮੈਂ ਕਿਹਾ ਠੀਕ ਹੈ, ਅਸੀਂ ਹੁਣ ਇਸ ਤੋਂ ਡ੍ਰਿਪ ਵਗੈਰਾ ਲਗਵਾਈ ਹੋਈ, ਡਾਕਟਰ ਸਾਹਿਬ ਨੂੰ ਜਿਹੜੀ ਲਿਖ ਕੇ ਦਿੱਤੀ ਸੀ ਉਹ ਲੱਗਦੀ ਪਈ ਹੈ, ਫਿਰ ਅਲਟਰਾਸਾਊਂਡ ਆ ਕਰਵਾਉਂਗੇ। ਫਿਲਹਾਲ ਜਾਂਦਾ ਪਿਆ ਸ਼ਹਿਰ, ਜਿਹਨਾਂ ਦੋਸਤਾਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਮਾਰਿਆ ਮਾਰੋ ਸਬਸਕ੍ਰਾਈਬ, ਫਿਰ ਅੱਜ ਹੀ ਕਰਨੇ ਆ ਵੀਡੀਓ ਸਟਾਰਟ। ਫਿਲਹਾਲ ਹੁਣ ਕਿੱਥੇ ਜਾ ਰਿਹਾ? ਸ਼ਹਿਰ ਜਾਣਾ ਵਾ, ਸਭ ਤੋਂ ਪਹਿਲਾਂ ਕੋਈ ਬੈਂਕ ਕੰਮ ਹੈ, ਅਤੇ ਬੈਂਕ ਵਾਲਾ ਕੰਮ ਕਲੀਅਰ ਕਰਾਂਗਾ। ਉਸ ਤੋਂ ਬਾਅਦ ਫਿਰ ਅੱਗੇ ਵੇਖਦੇ ਹਾਂ ਕਿ ਕਿਹੜਾ ਕਿਹੜਾ ਕੰਮ ਕਰਨਾ, ਸਾਰੇ ਤੁਹਾਡੇ ਨਾਲ ਸ਼ੇਅਰ ਕਰਾਂਗੇ, ਜੁੜੇ ਰਹੀ ਵੀਡੀਓ ਦੇ ਨਾਲ ਨਾਲ। ਫਿਲਹਾਲ ਹੋਸਪਿਟਲ ਖੜ੍ਹੇ ਹਾਂ, ਹੋਸਪਿਟਲ ਦਾ ਥੋੜ੍ਹਾ ਜਿਹਾ ਤੁਹਾਨੂੰ ਮੈਂ ਵੀ ਦਿਖਾ ਦੇਵਾਂ। ਇਹ ਦਾ ਗ੍ਰਾਸੀ ਪਲਾਟ ਹੈ ਮੇਨ ਗੇਟ ਦੇ ਨਾਲ, ਉਹਦੀ ਇਮਾਰਤਾਂ ਵਗੈਰਾ ਨੇ, ਪਿੱਛੇ ਵਾੜਾਂ ਨੇ ਜਿੱਥੇ ਬਾਬਾ ਜਿਹੜਾ ਨਾ ਸਾਡਾ ਐਡਮਿਨ, ਉੱਥੇ ਮਤਲਬ ਜਿੱਥੇ ਡ੍ਰਿਪ ਵਗੈਰਾ ਲੱਗੀ। ਚੱਲਦੇ ਹਾਂ ਕਿਉਂਕਿ ਇੱਥੇ ਵੀਡੀਓ ਬਣਾਉਣਾ ਵੀ ਅਲਾਓ ਨਹੀਂ ਹੈਗਾ। ਫਾਈਨਲੀ ਬੈਂਕ ਵਾਲਾ ਕੰਮ ਹੈਗਾ ਅਤੇ ਕੰਪਲੀਟ ਹੋ ਗਿਆ। ਮੇਰੇ ਪਿੱਛੇ ਤੁਹਾਨੂੰ ਯੂਪੀਐਲ ਬੈਂਕ ਨਜ਼ਰ ਆ ਰਿਹਾ ਹੋਣਾ। ਬੈਂਕ ਵਾਲਾ ਕੰਮ ਕੰਪਲੀਟ ਕਰਕੇ ਅਤੇ ਹੁਣ ਮੈਂ ਨੈਕਸਟ ਆਉਂਦਾ ਪਿਆ ਅੱਗੇ ਅੱਗੇ ਚੱਲ ਕੇ ਦੱਸਦਾ ਮੈਂ ਅੱਗੇ ਕੀ ਹੁੰਦਾ ਪਿਆ, ਉੱਪਰ ਨਿਬੜਦੇ ਥੋੜ੍ਹੇ ਦੇਰ ਤੋਂ ਬਾਅਦ। ਫਾਈਨਲੀ ਆ ਪਹੁੰਚੇ ਹਾਂ ਪੀੜੀਆਂ ਵਾਲੀ, ਚਾਰ ਪਾਈਆਂ ਵਾਲੀ ਦੁਕਾਨ 'ਤੇ। ਇੱਥੇ ਕੀ ਮੈਨੂੰ ਜ਼ਰੂਰੀ ਕੰਮ ਸੀ, ਮੈਂ ਕਿਹਾ ਥੋੜ੍ਹਾ ਜਿਹਾ ਨਾ ਬਹਿ ਕੇ ਤੁਹਾਨੂੰ ਤਸੱਲੀ ਨਾਲ ਸਮਝਾ ਦਿਆਂ, ਕਿਉਂਕਿ ਅੱਜ ਤੱਕ ਮੈਂ ਆਪਣੀ ਵੀਡੀਓ ਦੇ ਅੰਦਰ ਤੁਹਾਨੂੰ ਇਹ ਚੀਜ਼ਾਂ ਨਹੀਂ ਦੱਸੀਆਂ ਹੈਗੀਆਂ। ਮੇਰੀ ਜਿਹੜੀ ਵਾਲਦਾ ਨਾ, ਮੇਰੀ ਅੰਮੀ ਜਿਹੜੀ, ਉਹ ਹੈਗੀ ਮਥਾਜ, ਮਤਲਬ ਲੱਤ ਇੱਕ ਤੋਂ ਨਾ ਉਹ ਚੱਲ ਫਿਰ ਨਹੀਂ ਸਕਦੀ। ਇਸ ਵਾਸਤੇ ਨਾ ਉਹਦੀ ਇੱਕ ਜ਼ਰੂਰਤ ਵਾਲੀ ਚੀਜ਼, ਅਸੀਂ ਉਹਨੂੰ ਪੀੜੀ ਨੂੰ, ਜਿਹਨੂੰ ਪੀੜੀ ਬੋਲਦੇ ਹਾਂ, ਉਹਨੂੰ ਪੀੜੀ ਦੇ ਉੱਤੇ ਉਹ ਬਹਿ ਕੇ ਨਾ ਉਹਦੇ ਥੱਲੇ ਅਸੀਂ ਵੀਲ ਲਗਵਾਏ ਨੂੰ, ਅੱਗੇ ਪਿੱਛੇ ਆਪਣੇ ਨਾ ਮਤਲਬ ਅਗਾਂਹ ਪਿੱਛੇ ਹੋਣਾ ਹੋਵੇ ਨਾ, ਕੰਮ ਵਗੈਰਾ ਕਰਨਾ ਹੋਵੇ ਜਾਂ ਬੈਠਣਾ ਹੋਵੇ, ਉਹਦੇ ਉੱਤੇ ਬਹਿ ਕੇ ਅੱਗੇ ਪਿੱਛੇ ਹੁੰਦੇ ਨੇ। ਇਸ ਵਾਸਤੇ ਮੈਂ ਅੱਗੇ ਉਹ ਪੀੜੀ ਬਣਾਉਂਦਾ ਸਾਨੂੰ ਲੱਕੜ ਦੀ ਬਣਵਾ ਕੇ ਉਹਦੇ ਥੱਲੇ ਲੋਹੇ ਦੇ ਵੀਲ ਗੋਲ ਜਿਹੜੇ ਹੁੰਦੇ ਨੇ ਨਾ, ਆ ਵਾਸ਼ਿੰਗ ਮਸ਼ੀਨਾਂ ਦੇ ਥੱਲੇ ਲੱਗੇ ਹੁੰਦੇ ਨੇ, ਉਹ ਲਗਵਾ ਲੈਂਦਾ ਤਾਂ ਕਿ ਰਿੜਨ ਦੇ ਵਿੱਚ ਆਸਾਨੀ ਹੋਵੇ। ਉਹ ਹੁਣ ਲੱਕੜ ਦੇ ਪਹਿਲਾਂ ਕਾਫੀ ਅਰਸਾ ਬਣਾਉਂਦੇ ਰਹਿ ਗਏ, ਹੁਣ ਲੇਕਿਨ ਉਹਨਾਂ ਲੱਕੜ ਦੀ ਸਾਨੂੰ ਕੰਮ ਨਹੀਂ ਸੀ ਦੇ ਰਹੀ, ਇਸ ਵਜ੍ਹਾ ਤੋਂ ਆ ਗਏ ਹੁਣ ਲੋਹੇ ਵਾਲੀ ਦੁਕਾਨ 'ਤੇ। ਇੱਥੋਂ ਆ ਕੇ ਕਰਦੇ ਪਏ ਹਾਂ ਪਸੰਦ, ਮੈਂ ਕਿਹਾ ਵੀ ਇੱਥੋਂ ਪਸੰਦ ਕਰਕੇ ਲੋਹੇ ਦੀ ਦੇ ਥੱਲੇ ਵੀਲ ਲਗਵਾਉਂਦੇ ਹਾਂ। ਆ ਪਹੁੰਚੇ ਪੀੜੀਆਂ ਦੀ ਦੁਕਾਨ 'ਤੇ, ਇੱਥੋਂ ਅਸੀਂ ਆਪਣੀ ਪੀੜੀ ਇੱਕ ਪਸੰਦ ਵੀ ਕਰ ਲਈਏ। ਇਹ ਸਾਹਮਣੇ ਜਿਹੜੀ ਪਈ ਹੈ ਜਿਸ ਤਰੀਕੇ ਨਾਲ ਇਹ ਵਾਲੀ ਹੈ ਨਾ, ਇਹ ਮੈਨੂੰ ਪਸੰਦ ਕੀਤੀ ਖੜਾ ਵਾਂ। ਇਹਦੇ ਥੱਲੇ ਹੁਣ ਲੈਂਦੇ ਹਾਂ ਵੀਲ ਲੈ ਕੇ ਇੱਥੇ ਲਗਵਾ ਕੇ ਇਹਨਾਂ ਜਗ੍ਹਾ ਦਿੱਤੇ ਨਾ ਵੈਲਡ ਕਰਵਾ ਲਾਂਗੇ। ਵੈਲਡ ਕਰਵਾ ਕੇ ਫਿਰ ਰਿਟਰਨ ਦੇ ਵਿੱਚ ਨਾ ਬਿੱਲ ਜਿਹੜੀ ਨਾ ਆਸਾਨੀ ਹੋ ਜਾਵੇਗੀ, ਜਿਸ ਤਰ੍ਹਾਂ ਹੁਣ ਤੁਹਾਨੂੰ ਦੇਖ ਨਜ਼ਰ ਆ ਰਹੀ ਹੈ ਨਾ, ਇਸ ਤਰੀਕੇ ਦੇ ਨਾਲ ਇਹ ਚੀਜ਼ ਪੁੱਛਿਆ ਜੇ ਤੁਹਾਨੂੰ ਕਿਵੇਂ ਲੱਗੀ। ਅਤੇ ਬਾਕੀ ਹੁਣ ਚੱਲ ਕੇ ਲੈਂਦੇ ਹਾਂ ਇਹਦੇ ਵੀਲ ਲੈਣ ਤੋਂ ਬਾਅਦ ਵੇਖਦੇ ਹਾਂ ਸਾਡਾ ਟੋਟਲ ਖਰਚਾ ਕਿੰਨੇ ਦਾ ਹੁੰਦਾ ਔਰ ਇਹ ਕਿੰਨਾ ਹੀ ਸਾਨੂੰ ਮਿਲਦੀ, ਸਾਰਾ ਕਲੀਅਰ ਕਰਦੇ ਪੂਰੇ ਰੇਟ ਦੇ ਨਾਲ ਨਾਲ। ਫਾਈਨਲੀ ਕਾਫੀ ਸਾਰਾ ਸਮਾਨ ਜਿਹੜਾ ਨਾ ਖਰੀਦ ਕੀਤਾ, ਪੀੜੀ ਲਈ ਹੈ ਨਾ, ਉਸ ਤੋਂ ਬਾਅਦ ਉਹਦੇ ਵੀਲ ਲਏ ਨੇ, ਪੱਤਰੀ ਵਗੈਰਾ ਲਈ ਹੈ, ਨੈੱਟ ਕਾਬਲੇ ਲਏ ਨੇ, ਉਹ ਸਾਰਾ। ਅਸਲ 'ਚ ਨਾ ਰਸ਼ ਬਹੁਤ ਜ਼ਿਆਦਾ ਸੀ, ਰਸ਼ ਵਿੱਚ ਮੋਟਰਸਾਈਕਲ ਦੇ ਉੱਤੇ ਨੇ, ਸਾਰੀਆਂ ਚੀਜ਼ਾਂ ਕਲੀਅਰ ਕਰਨੀਆਂ ਔਖੀਆਂ ਨੇ, ਨਾਲ ਵੀਡੀਓ ਬਣਾਉਣਾ, ਕਿਉਂਕਿ ਅੱਜ ਸਾਡੇ ਸ਼ਹਿਰ ਵਿੱਚ ਰਸ਼ ਵੀ ਬਹੁਤ ਜ਼ਿਆਦਾ। ਹੁਣ ਵਾਪਸ ਜਾਂਦੇ ਪਏ ਹੋਸਪਿਟਲ, ਕਿਉਂਕਿ ਅਰਸਲਾਨ ਦਾ ਫੋਨ ਆ ਗਿਆ ਸੀ ਵੀ ਆ ਜਾ, ਬੋਤਲ ਖਤਮ ਹੋ ਗਈ ਹੈ, ਡ੍ਰਿਪ ਖਤਮ ਹੋ ਗਈ ਹੈ, ਅਤੇ ਆਪਾਂ ਹੁਣ ਅਲਟਰਾਸਾਊਂਡ ਕਰਵਾ ਲਈਏ। ਮੈਂ ਕਿਹਾ ਠੀਕ ਹੈ, ਮੈਂ ਆਇਆ 2 ਮਿੰਟ, ਬਸ ਹੁਣ ਚੱਲਦੇ ਹਾਂ, ਪਹੁੰਚਦੇ ਹਾਂ, ਮਿਲਦੇ ਹਾਂ ਚੱਲ ਕੇ। ਹੋਸਪਿਟਲ 'ਚ ਕੈਮਰਾ ਲਾਓ ਨਹੀਂ, ਲੇਕਿਨ ਚਲੋ ਆ ਜਾ ਬਾਬਾ, ਉੱਠੋ ਯਾਰ ਉੱਠੋ।
ਹੈ। ਚਲੋ ਉੱਠੋ ਉੱਠੋ, ਜੁੱਤੀ ਪਾ ਕੇ ਚੱਲੀਏ। ਹੋਸਪਿਟਲ ਤੋਂ ਵਾਪਸ ਆਉਣ ਤੋਂ ਬਾਅਦ ਆ ਪਹੁੰਚੇ ਹਾਂ ਰੈਡੀ 'ਤੇ, ਅਤੇ ਖਾਂਦੇ ਪਏ ਆਈਸਕ੍ਰੀਮ ਕੁਲਫਾ ਵਗੈਰਾ, ਇਹਨੂੰ ਬੋਲਦੇ ਨੇ ਤਿਆਰ ਹੁੰਦਾ ਪਿਆ। ਮਾਲ ਤਿਆਰ ਹੋ ਕੇ ਗਿਆ, ਆ ਖਾਂਦੇ ਹੋ ਤਾਂ ਉਹਨੂੰ ਦੱਸਦਾ, ਤਾਂ ਫਿਰ ਜੁੜੇ ਭੈਣ ਬਾਬਾ ਵੀ ਨਾਲ, ਅਸੀਂ ਵੀ ਨਾਲ ਖਾ ਕੇ ਚੈੱਕ ਕਰਦੇ। ਪਹਿਲੀ ਵੀਰ ਤੁਹਾਨੂੰ ਕਿ ਜਿਵੇਂ ਕਿ ਅਸੀਂ ਸ਼ਹਿਰ ਆਏ ਸਾਂ, ਸ਼ਹਿਰੋਂ ਵਾਪਸ ਚਲੇ ਗਏ ਸਾਂ, ਕੋਈ ਸਮਾਨ ਵਗੈਰਾ ਖਰੀਦ ਕੀਤਾ ਸੀ, ਕਰਨ ਤੋਂ ਬਾਅਦ ਚਲੇ ਗਏ ਸਾਂ। ਤਕਰੀਬਨ ਜਿਹੜਾ ਅਸੀਂ ਕੰਮ ਆਏ ਸਨ, ਨਾਲੀ ਬਾਬੇ ਦੀ ਕਢਾਉਣੀ ਸੀ, ਉਹ ਕਢਵਾਈ ਹੈ, ਲੇਕਿਨ ਨਾਲੀ ਥੋੜ੍ਹੀ ਦੇਰ ਪਿਸ਼ਾਬ ਹੋਣ ਜਾਇਆ, ਉਸ ਤੋਂ ਬਾਅਦ ਨਾਲੀ ਫਿਰ ਬੰਦ ਹੋ ਗਈ, ਫਿਰ ਐਮਰਜੈਂਸੀ ਦੁਬਾਰਾ ਫਿਰ ਸੱਤਾ ਲਾਏ। ਪਹਿਲਾਂ ਮੈਂ ਤਾਂ ਸਲਾਮ ਸਾਂ, ਹੁਣ ਮੈਂ ਤਾਂ ਸਦਾਮ ਅਦੂ ਸਜੱਟ ਦਾ ਮੁੰਡਾ ਨਾਲ ਸੀ। ਬਾਬਾ ਸਾਹਮਣੇ ਬੈਠਾ ਹੋਵੇ, ਨਾਲੀ ਦੁਬਾਰਾ ਅਸੀਂ ਲਗਵਾ ਕੇ, ਮੈਂ ਜ਼ੋਮ ਕਰਨਾ ਥੋੜ੍ਹਾ ਜਿਹਾ, ਸਿੱਖ ਦੁਬਾਰਾ ਨਾਲੀ ਲਵਾ ਕੇ, ਅਤੇ ਫਿਰ ਅਸੀਂ ਹੁਣ ਬੈਠੇ ਅਤੇ ਰੈਸਟ ਮਾਰਦੇ ਪਏ ਹਾਂ। ਪਿੱਛੇ ਇਮਾਰਤ ਤੁਹਾਨੂੰ ਹਸਪਤਾਲ ਦੀ ਨਜ਼ਰ ਆਉਂਦੀ, ਸਮਝ ਲਓ ਕਿ ਅੱਜ ਦਾ ਸਾਰਾ ਦਿਨ ਸਾਡਾ ਨਾ ਹਸਪਤਾਲ ਹੀ ਗੁਜ਼ਰ ਗਿਆ। ਬਸ ਇਸੇ ਆਉਣ ਜਾਣ ਦੇ ਵਿੱਚ ਇਸੇ ਪਰੇਸ਼ਾਨੀ ਦੇ ਵਿੱਚ ਦੁਬਾਰਾ ਫਿਰ ਸਾਨੂੰ ਸ਼ਹਿਰ ਜਿਹੜਾ ਨਾ ਹਸਪਤਾਲ ਆਉਣਾ ਪੈ ਗਿਆ, ਅਤੇ ਹੁਣ ਬੈਠੇ ਹਾਂ ਹਸਪਤਾਲ, ਹੁਣ ਚੱਲਦੇ ਹਾਂ ਫਿਰ ਵਾਪਸ, ਥੋੜ੍ਹੀ ਦੇਰ ਤੱਕ ਉਸ ਦਾਮ ਜਾਂ ਕਿਸੇ ਕੰਮ ਆਉਂਦਾ ਅਤੇ ਫਿਰ ਵਾਪਸ ਚੱਲਦੇ ਹਾਂ। ਫਿਲਹਾਲ ਬੈਠੇ ਹਾਂ ਹਸਪਤਾਲ ਦੇ ਵਿੱਚ ਨਾ, ਮੌਜੂਦ ਹਾਂ ਹੁਣ ਇਸ ਟਾਈਮ, ਅਤੇ ਬਾਕੀ ਪੀੜ੍ਹੀ ਦਾ ਸਾਰਾ ਸਮਾਨ ਲੈ ਲਿਆ ਸੀ, ਉਹ ਇਨਸ਼ਾਅੱਲਾ ਜਿਸ ਤਰ੍ਹਾਂ ਉਹਨੂੰ ਮੈਂ ਬਣਾਵਾਂਗਾ, ਤਿਆਰ ਕਰਾਂਗਾ, ਉਹ ਸਾਰੀ ਤੁਹਾਨੂੰ ਆਉਣ ਵਾਲੀ ਵੀਡੀਓ ਦੇ ਅੰਦਰ ਜਿਹੜਾ ਨਾ ਜ਼ਰੂਰ ਦਿਖਾਵਾਂਗਾ। ਹੁਣ ਅੱਜ ਤੁਹਾਡੇ ਸਾਹਮਣੇ ਦਿਨ ਸਾਰਾ ਗੁਜ਼ਰ ਗਿਆ ਵੇ, ਸੂਰਜ ਬਿਲਕੁਲ ਗਰੂਪ ਹੋਣ 'ਤੇ ਪਹੁੰਚ ਗਿਆ, ਟਾਈਮ ਸਾਡੇ ਕੋਲ ਇਸ ਟਾਈਮ 6:30 ਦਾ ਵੇ, ਅਤੇ ਬਾਕੀ ਉਹ ਪੀੜ੍ਹੀ ਦਾ ਜਿਹੜੇ ਲੈ ਲਈ ਸੀ ਮੁਕੰਮਲ, ਲੇਕਿਨ ਉਹਦੇ ਥੱਲੇ ਜਿਸ ਤਰ੍ਹਾਂ ਵੀਲ ਲਾਉਣੇ ਨੇ, ਵੈਲਡ ਕਰਾਉਣੇ ਨੇ, ਉਹ ਸਾਰਾ ਇਨਸ਼ਾਅੱਲਾ ਆਉਣ ਵਾਲੀ ਵੀਡੀਓ ਦਿੰਦਾ ਤੁਹਾਨੂੰ, ਕੱਲ੍ਹ ਇਨਸ਼ਾਅੱਲਾ ਫਿਟਿੰਗ ਕਰਾਵਾਂਗੇ ਉਹਦੀ, ਅਤੇ ਤੁਹਾਨੂੰ ਦਿਖਾਵਾਂਗਾ। ਮੇਰੀ ਉਹ ਵੀ ਮਜਬੂਰੀ ਹੈ, ਦਾਦਾ ਵੀ ਮਜਬੂਰੀ ਹੈ, ਇਹਦੇ ਵੀ ਮਤਲਬ ਆਉਣਾ, ਅੰਮੀ ਮੇਰੀ ਤਾਂ ਵੀ ਉਹ ਵੀ ਕੰਮ ਬੜਾ ਜ਼ਰੂਰੀ ਹੈ, ਉਹਦੀ ਪੀੜ੍ਹੀ ਇਸ ਟਾਈਮ ਕੋਈ ਨਹੀਂ ਹੈਗੀ, ਟੁੱਟੀ ਹੈ, ਉਹਦੇ ਵਾਸਤੇ ਵੀ ਬਹੁਤ ਜ਼ਰੂਰੀ ਹੈ। ਅਤੇ ਬਾਕੀ ਦੁਆ ਕਰਿਆ ਜੇ ਇਕੱਲਾ ਪਾਕ ਦਾਦੇ ਮੇਰਿਆਂ ਨੂੰ ਬਿਲਕੁਲ ਸਿਹਤ ਦੀ ਤਬੀਅਤ ਇਹਦੀ ਫਰੈਸ਼ ਕਰ ਦੇਵੇ, ਆ ਪਿਸ਼ਾਬ ਵਾਲੀ ਰੁਕਾਵਟ ਸੈੱਟ ਹੋ ਜਾਵੇ, ਸਾਨੂੰ ਕਿਤੇ ਹੋਰ ਮਤਲਬ ਆਪਰੇਸ਼ਨ ਵਗੈਰਾ ਨਾ ਕਰਾਉਣਾ ਪਵੇ। ਅਤੇ ਬਾਕੀ ਹੁਣ ਨਿਕਲਦੇ ਹਾਂ ਹਸਪਤਾਲ, ਥੋੜ੍ਹੀ ਦੇਰ ਤੋਂ ਬਾਅਦ ਫਿਰ ਪਹੁੰਚਦੇ ਹਾਂ ਘਰ, ਘਰ ਚੱਲ ਕੇ ਮਿਲਦੇ ਹਾਂ। ਫਾਈਨਲੀ ਵਾਰ ਆ ਪਹੁੰਚੇ ਹਾਂ ਘਰ, ਯਕੀਨ ਕਰੋ ਚਿੱਕੜ ਬਾਰਿਸ਼ ਪਈ ਨਾ, ਚਿੱਕੜ ਇਤਨਾ ਹੈ ਨਾ, ਤਿਲਕਣ ਸਲਿਪਿੰਗ ਬਹੁਤ ਜ਼ਿਆਦਾ, ਲੇਕਿਨ ਪਹੁੰਚ ਆਏ ਹਾਂ ਘਰ। ਘਰ ਪਹੁੰਚੇ ਹਾਂ ਅਤੇ ਬਿਲਕੁਲ ਸੂਰਜ ਜਿਹੜਾ ਨਾ ਗਰੂਬ ਹੋ ਗਿਆ, ਜਦੋਂ ਉੱਥੇ ਟੁਰੇ ਸੀ ਉਦੋਂ ਸੂਰਜ ਜਿਹੜਾ ਸੀ ਨਾ ਹਲਿਆ ਗਿਆ ਸੀ ਥੋੜ੍ਹਾ ਥੋੜ੍ਹਾ। ਆ ਪਹੁੰਚੇ ਉਹਨੇ ਮਾਲ ਵਿੱਚ, ਮਾਲ ਨੂੰ ਪੱਠੇ ਛੱਠੇ ਪਏ ਨੇ, ਭੇਡਾਂ ਸਵੇਰ ਨੇ ਲਿਆਉਂਦੀਆਂ ਨੇ, ਚਰਦੀਆਂ ਪਈਆਂ ਨੇ, ਅਤੇ ਬਰਾਨੀ ਟਿੱਬੀ ਜਿਹੜੀ ਸੀ ਅੱਜ ਮੈਂ ਅਤੇ ਗਿਆ ਸਾਂ ਖਿੱਚਣ, ਅਤੇ ਮਗਰ ਅੱਬੂ ਨੇ ਜਿਹੜਾ ਨਾ ਇਹ ਸਾਰੀ ਬਜਾ ਦਿੱਤੀ। ਉਹ ਪਰਲੀ ਵੀ ਜਿਹੜੀ ਟੂਬਲ ਤੋਂ ਪਰਾਂ ਪਈ ਸੀ ਉਹ ਵੀ, ਔਰ ਜਿਹੜੀ ਐਪ ਵਾਲੀ ਸੀ ਇਹ ਵੀ ਸਾਰੀ ਜਿਹੜੀ ਨਾ ਬੀਜ ਬਿਜਾਈ ਕਰਾ ਦਿੱਤੀ। ਮੈਂ ਗੱਡੀ ਵਾਲੇ ਨੂੰ ਫੋਨ ਕਰ ਦਿੱਤਾ ਸੀ, ਲੇਕਿਨ ਅੱਬੂ ਨੇ ਮਗਰੋਂ ਜਿਹੜੀ ਸੀ ਨਾ ਇਹ ਬੀਜ ਬਿਜਾਈ ਕਰਾ ਦਿੱਤੀ ਸੀ। ਅਤੇ ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡਾ ਅੱਜ ਦਾ ਵੀਲੌਗ ਪਸੰਦ ਆਇਆ ਹੋਵੇਗਾ, ਅਗਰ ਪਸੰਦ ਆਇਆ ਸਾਡੇ ਚੈਨਲ ਜ਼ਰੂਰ ਸਬਸਕ੍ਰਾਈਬ ਮਾਰਿਆ, ਜੇ ਲਾਈਕ ਕਰਿਆ, ਜੇ ਅੱਛੇ ਕਮੈਂਟ ਕਰਿਆ, ਤੁਹਾਨੂੰ ਇਨਸ਼ਾਅੱਲਾ ਮਿਲਾਂਗੇ ਕੱਲ੍ਹ ਵੀ ਨਵੀਂ ਵੀਡੀਓ ਨਵੀਂ ਸਟੋਰੀ ਨਾਲ। ਅੱਲਾ ਹਾਫਿਜ਼, ਬਾਏ।